ਮੇਰੇ ਵੱਲੋਂ ਪਾਸਟਰ ਕੁਲਵੰਤ ਰਾਏ ਕਲਿਆਣਾ ਵੱਲੋਂ ਜੈਮ ਸੀ ਵੀ। ਸੋ ਅੱਜ ਅਸੀਂ ਪਰਮੇਸ਼ਰ ਦੇ ਵਚਨ ਦੇ ਦੁਆਰਾ ਤੁਹਾਡੇ ਸਾਹਮਣੇ ਰੂਬਰੂ ਹੋਏ ਹਾਂ ਕਿ ਵਿਸ਼ਾ ਹੈ ਕਿ ਜਿਹੜੇ ਮਸੀਹ ਲੋਕ ਨੇ ਪ੍ਰਭੂ ਯਿਸੂ ਮਸੀਹ ਵਿੱਚ ਚੱਲਦੇ ਨੇ ਔਰ ਉਹਦਾ ਤਨੇਚਾ ਕਰਦੇ ਨੇ ਕਿ ਉਹ ਕਰੂਗਾ ਦੀਵਾਲੀ ਚੱਕਰੀ ਦੁਸਹਿਰਾ ਜਿੰਨੇ ਵੀ ਸਾਡੇ ਹਿੰਦੂ ਤਿਉਹਾਰ ਨੇ ਕਿ ਉਹਨਾਂ ਨੂੰ ਮਨਾ ਸਕਦੇ ਹੈ ਕਿ ਨਹੀਂ ਮਨਾ ਸਕਦੇ, ਇਹਨਾਂ ਬਾਰੇ ਬਾਈਬਲ ਕੀ ਕਹਿੰਦੀ ਹੈ। ਸੋ ਅਸੀਂ ਪਰਮੇਸ਼ੁਰ ਦੇ ਪਵਿੱਤਰ ਵਚਨ 'ਚੋਂ ਅਸੀਂ ਪੜ੍ਹਾਂਗੇ ਕਿ ਹੁਣ ਤੱਕ ਅਸੀਂ ਸਿੱਖਿਆ ਜਾਂ ਨਹੀਂ ਸਿੱਖਿਆ, ਜਾਂ ਪ੍ਰਭੂ ਵਿੱਚ ਚੱਲਦੇ ਲੋਕ ਸੰਗਤਾਂ ਵਿੱਚ ਆਉਂਦੇ ਆ, ਤੌਬਾ ਕਰ ਲੈਂਦੇ ਆ, ਹੌਸਮਾ ਲੈ ਲੈਂਦੇ ਨੇ, ਔਰ ਫਿਰ ਵੀ ਸੰਸਾਰ ਦੇ ਪਿੱਛੇ ਲੱਗ ਕੇ, ਰਿਸ਼ਤੇਦਾਰਾਂ ਦੇ ਪਿੱਛੇ ਲੱਗ ਕੇ, ਸਮਾਜ ਦੇ ਪਿੱਛੇ ਲੱਗ ਕੇ, ਔਰ ਜਿਹੜੀਆਂ ਅਸੀਂ ਰੀਤਾਂ ਤੋਂ ਆਜ਼ਾਦ ਹੋਣਾ ਸੀਗਾ ਉਹਨਾਂ ਦੇ ਗੁਲਾਮੀ ਵਿੱਚ ਹੀ ਰਹਿੰਦੇ ਹਾਂ। ਸੋ ਅਸੀਂ ਪਰਮੇਸ਼ੁਰ ਦੇ ਪਵਿੱਤਰ ਵਚਨ 'ਚੋਂ ਪੜ੍ਹਾਂਗੇ, ਪਵਿੱਤਰ ਬਾਈਬਲ 'ਚੋਂ ਵਿਵਸਥਾ ਸਾਰ ਦੀ ਕਿਤਾਬ ਦੇ ਵਿੱਚ 6 ਬਾਪ ਔਰ ਉਹਦੀ 4 ਐਤ ਤੋਂ ਆਪਾਂ ਪੜ੍ਹਾਂਗੇ। ਹਾਂਜੀ, ਇਸਰਾਇਲ ਸੁਣੋ, ਯਹੋਵਾ ਸਾਡਾ ਪਰਮੇਸ਼ੁਰ ਇੱਕੋ ਹੀ ਯਹੋਵਾ ਹੈ। ਤੁਸੀਂ ਯਹੋਵਾ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ, ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜੋਰ ਨਾਲ ਪਿਆਰ ਕਰੋ ਅਤੇ ਇਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ। ਤੁਸੀਂ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਾਓ। ਤੁਸੀਂ ਆਪਣੇ ਘਰ ਬੈਠਿਆਂ, ਰਾਤ ਉੱਠਦਿਆਂ, ਲੇਟਦਿਆਂ ਔਰ ਉੱਠਦਿਆਂ ਉਹਨਾਂ ਦੀ ਚਰਚਾ ਕਰੋ। ਸੋ ਅਸੀਂ ਪੜ੍ਹਿਆ ਹੈ ਕਿ ਹੇ ਧਰਮੀ ਲੋਕੋ, ਹੇ ਇਸਰਾਇਲ, ਹੇ ਧਰਮੀ ਲੋਕੋ ਸੁਣੋ, ਜਿਹੜਾ ਸਾਡਾ ਪਰਮੇਸ਼ਵਰ ਹੈ ਉਹ ਇੱਕੋ ਹੀ ਹੈ, ਉਹ ਵਾਲੇ ਨਹੀਂ ਹੈ। ਠੀਕ ਹੈ, ਉਹ ਸਮੇਂ ਸਮੇਂ 'ਤੇ ਅਵਤਾਰ ਲੈ ਕੇ ਨਹੀਂ ਆਉਂਦੇ। ਸੋ ਇੱਕੋ ਹੀ ਹੈ ਜੋ ਸਦੀਆਂ ਤੋਂ ਆਇਆ, ਜਿਹਦੇ ਰਾਹੀਂ ਸ੍ਰਿਸ਼ਟੀ ਦੀ ਰਚਨਾ ਹੋਈ, ਜਿਹਨੇ ਸਾਰਾ ਕੁਝ ਬਣਾਇਆ, ਪਸ਼ੂ ਪੰਛੀ, ਪੇੜ ਹੈ, ਪੌਦੇ ਔਰ ਜਿੰਨੇ ਵੀ ਜਲ ਜੰਤੂ ਔਰ ਜਿੰਨੇ ਵੀ ਸਾਡੇ ਵਿੱਚ ਚੀਜ਼ਾਂ ਸਾਨੂੰ ਦੇਖਣ ਨੂੰ ਮਿਲਦੀਆਂ, ਪਰਮੇਸ਼ੁਰ ਦੀ ਕੁਦਰਤ ਹੈ ਔਰ ਇਹ ਸਾਰਾ ਕੁਝ ਪਰਮੇਸ਼ੁਰ ਨੇ ਬਣਾਇਆ, ਉਹ ਇਨਸਾਨ ਨੂੰ ਆਪਣੇ ਸਰੂਪ ਉੱਤੇ ਰਚਿਆ ਔਰ ਪਰਮੇਸ਼ੁਰ ਨੇ ਇਨਸਾਨ ਨੂੰ ਇਹ ਹੁਕਮ ਦਿੱਤਾ ਕਿ ਮੈਂ ਇੱਕੋ ਹੀ ਹਾਂ, ਤੂੰ ਮੇਰੇ ਤੋਂ ਸਿਵਾਏ ਹੋਰ ਕਿਸੇ ਦੀ ਪੂਜਾ ਭਗਤੀ ਨਹੀਂ ਕਰਨੀ, ਹੋਰ ਕਿਸੇ ਦੀ ਪ੍ਰਾਰਥਨਾ ਨਹੀਂ ਕਰਨੀ। ਜੇ ਅਸੀਂ ਹੋਰ ਕਿਸੇ ਦੀ ਕਰਦੇ ਹਾਂ ਤਾਂ ਅਸੀਂ ਸਹੀ ਭਗਤੀ ਨਹੀਂ ਕਰਦੇ। ਠੀਕ ਹੈ, ਅਸੀਂ ਪਰਮੇਸ਼ੁਰ ਦੇ ਸ਼ਰੀਕ ਬਣਾ ਕੇ ਪੂਜਦੇ ਹਾਂ। ਸੋ ਬਾਈਬਲ ਬਾਈਬਲ ਦੇ ਵਿੱਚੋਂ ਅਸੀਂ ਇੱਕ ਹੋਰ ਪੜ੍ਹਾਂਗੇ ਹਵਾਲਾ, ਵਿਵਸਥਾ ਸਾਰ ਔਰ 18 ਬਾਪ ਔਰ ਉਹਦੀ 10 ਐਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ, ਅਸੀਂ ਜਲਦੀ ਜਲਦੀ ਪੜ੍ਹਾਂਗੇ ਪਰਮੇਸ਼ੁਰ ਦੇ ਵਚਨ 'ਚੋਂ। ਤੁਹਾਡੇ ਵਿੱਚ ਕੋਈ ਨਾ ਪਾਇਆ ਜਾਵੇ ਜਿਹੜਾ ਤੁਹਾਡੇ ਵਿੱਚ ਕੋਈ ਨਾ ਪਾਇਆ ਜਾਵੇ ਜਿਹੜਾ ਆਪਣੇ ਪੁੱਤਰ ਜਾਂ ਆਪਣੀ ਧੀ ਨੂੰ ਅੱਗ ਦੇ ਵਿੱਚ ਦੀ ਲੰਗਾਵੇ, ਜਾਂ ਕੋਈ ਫਾਲ ਪਾਉਣ ਵਾਲਾ, ਮਹੂਰਤ ਵੇਖਣ ਵਾਲਾ, ਮੰਤਰੀ ਜਾਂ ਜਾਦੂਗਰ, ਝਾੜਾ ਫੂਕੀ ਕਰਨ ਵਾਲਾ, ਜਿਨ੍ਹਾਂ ਤੋਂ ਪੁੱਛਾ ਲੈਣ ਵਾਲਾ, ਦਿਓਾਂ ਦਾ ਜਾਰ ਜਾਂ ਪੂਤਨਿਆਂ ਦਾ ਕੱਢਣ ਵਾਲਾ, ਕਿਉਂ ਜੋ ਜਿਹੜਾ ਇਹ ਕੰਮ ਕਰੇ ਉਹ ਯਹੋਵਾ ਅੱਗੇ ਘਿਨਾਉਣਾ ਹੈ। ਸੋ ਪਰਮੇਸ਼ੁਰ ਦੇ ਬਚਨ 'ਚ ਅਸੀਂ ਪੜ੍ਹਿਆ ਕਿ ਜਿਹੜਾ ਇਹੋ ਜਿਹੇ ਕੰਮ ਕਰਦਾ ਹੈ, ਕਹਿੰਦਾ ਤੁਹਾਡੇ ਵਿੱਚ ਇਹੋ ਜਿਹਾ ਕੋਈ ਪਾਇਆ ਨਾ ਜਾਵੇ ਜਿਹੜੇ ਮੇਰੇ ਦੇ ਨੇਚਾ ਕਰਦੇ ਨੇ, ਕੋਈ ਝਾੜਾ ਫੂਕੀ ਕਰਦੇ ਨੇ, ਜਿਨ੍ਹਾਂ ਤੋਂ ਪੁੱਛਾ ਲੈਂਦੇ ਨੇ, ਜਿਹੜੇ ਜਿਨ੍ਹਾਂ ਤੋਂ ਪੁੱਛਾਂ ਤੋਂ ਭਾਵ ਕੀ ਹੋਇਆ, ਕਿਉਂਕਿ ਜਿਹੜੇ ਚੇਲੇ ਸਿਆਣੇ ਹੁੰਦੇ ਆ, ਤੰਤਰਿਕ ਹੁੰਦੇ ਨੇ, ਇਹਨਾਂ ਉੱਤੇ ਦਿਓ ਯਾਰ ਇਹਨਾਂ ਦੇ ਹੁੰਦੇ ਨੇ, ਉਹ ਭੂਤਨੇ ਦੇ ਬਸ ਵਿੱਚ ਹੁੰਦੇ ਨੇ,
ਔਰ ਉਹਨਾਂ ਦੀ ਸਹਾਇਤਾ ਦੇ ਨਾਲ ਇੱਕ ਭੂਤਾ ਪਹਿਰਾ ਦੂਜੇ ਭੂਤ ਤੇ ਲਾ ਕੇ ਤੇ ਇਸ ਤਰ੍ਹਾਂ ਸਾਨੂੰ ਕੀ ਹੈ ਥੋੜੇ ਦਿਨਾਂ ਵਾਸਤੇ ਤਸੱਲੀ ਵਾਸਤੇ ਕਰ ਦਿੰਦੇ ਨੇ। ਪਰ ਜਦੋਂ ਸਾਡਾ ਪਰਮੇਸ਼ਵਰ ਤੇ ਭਰੋਸਾ ਨਾ, ਤਾਂ ਜਿਹੜਾ ਪਰਮੇਸ਼ਵਰ ਹੈ ਸਾਡਾ ਉਹਨੇ ਸਾਨੂੰ ਅਧਿਕਾਰ ਦਿੱਤਾ, ਜਿਵੇਂ ਆਪਣੇ ਚੇਲਿਆਂ ਨੂੰ ਅਧਿਕਾਰ ਦਿੱਤਾ ਕਿ ਜਾਓ ਸੱਪਾਂ ਤੇ ਥੂਹਾਂ ਤੇ ਲਤਾੜਨ ਦੀ ਮਿਆਰੀ ਦੀ ਸਾਰੀ ਸ਼ਕਤੀ ਤੁਹਾਨੂੰ ਅਧਿਕਾਰ ਦਿੱਤਾ ਤੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਾ ਕਰੇਗੀ, ਹੈ ਨਾ। ਸੋ ਇਸ ਕਰਕੇ ਜਦੋਂ ਅਸੀਂ ਪਰਮੇਸ਼ਵਰ ਤੇ ਭਰੋਸਾ ਰੱਖਦੇ ਹਾਂ ਤਾਂ ਵਿਸ਼ਵਾਸ ਕਰੀਏ ਕੋਈ ਵੀ ਚੀਜ਼ ਸਾਡਾ ਨੁਕਸਾਨ ਕਰ ਨਹੀਂ ਸਕਦੀ, ਸਾਨੂੰ ਇਹ ਕੰਮ ਕਰਨੇ ਨਹੀਂ ਚਾਹੀਦੇ। ਸੋ ਇਸੇ ਤਰ੍ਹਾਂ ਇੱਕ ਅਸੀਂ ਹੋਰ ਹਵਾਲਾ ਪੜ੍ਹਾਂਗੇ ਵਿਵਸਥਾ ਸਾਰ 4 ਬਾਪੋ ਦੀ ਅਸੀਂ 15 ਐਤ ਤੋਂ। ਸੋ ਇਹਦੇ ਵਿੱਚ ਬਹੁਤ ਹੀ ਵਧੀਆ ਸਾਨੂੰ ਦੱਸਿਆ ਗਿਆ ਕਿ ਸਾਨੂੰ ਇਹਨਾਂ ਗੱਲਾਂ ਤੋਂ ਚੌਕਸ ਰਹਿਣਾ ਚਾਹੀਦਾ ਹੈ। ਹਾਂਜੀ, ਤੁਸੀਂ ਆਪਣੇ ਮਨਾਂ ਦੀ ਬਹੁਤ ਰਾਖੀ ਕਰੋ, ਕਿਉਂ ਜੋ ਜਦ ਯਹੋਵਾ ਅੱਗ ਦੇ ਵਿੱਚੋਂ ਦੀ ਹਰ ਰੋਹ ਵਿੱਚੋਂ ਤੁਹਾਡੇ ਨਾਲ ਬੋਲਿਆ ਤਾਂ ਤੁਸੀਂ ਕੋਈ ਸਰੂਪ ਨਾ ਵੇਖਿਆ। ਮਤੇ ਤੁਸੀਂ ਵਿਗੜ ਕੇ ਆਪਣੇ ਲਈ ਕਿਸੇ ਬੁੱਤ ਦੀ ਘੜੀ ਹੋਈ ਮੂਰਤ ਬਣਾਓ, ਅਰਥਾਤ ਕਿਸੇ ਨਰ ਨਾਰੀ ਦੀ ਸ਼ਕਲ, ਕਿਸੇ ਡੰਗਰ ਦੀ ਸ਼ਕਲ ਜਿਹੜਾ ਧਰਤੀ ਉੱਤੇ ਹੈ, ਅਥਵਾ ਕਿਸੇ ਪੰਖ ਖੇਰੂ ਦੀ ਸ਼ਕਲ ਜਿਹੜਾ ਆਕਾਸ਼ ਵਿੱਚ ਉੱਡਦਾ ਹੈ, ਕਿਸੇ ਜ਼ਮੀਨ ਉੱਤੇ ਕਿਰਸਨ ਵਾਲੇ ਦੀ ਸ਼ਕਲ, ਕਿਸੇ ਮੱਛ ਕੱਛ ਦੀ ਸ਼ਕਲ ਜਿਹੜੇ ਧਰਤੀ ਹੇਠਲੀਆਂ ਪਾਣੀਆਂ ਵਿੱਚ ਹਨ। ਮਤੇ ਤੁਸੀਂ ਆਪਣੀਆਂ ਅੱਖਾਂ ਆਕਾਸ਼ ਵੱਲ ਚੁੱਕੋ ਅਤੇ ਜਦ ਤੁਸੀਂ ਸੂਰਜ, ਚੰਦ ਅਤੇ ਤਾਰਿਆਂ ਨੂੰ ਅਰਥਾਤ ਆਕਾਸ਼ ਦੀ ਸਾਰੀ ਸੈਨਾ ਨੂੰ ਵੇਖੋ ਤਾਂ ਪ੍ਰੇਰੇ ਜਾ ਕੇ ਉਹਨਾਂ ਅੱਗੇ ਮੱਥਾ ਟੇਕੋ ਅਤੇ ਉਹਨਾਂ ਦੀ ਪੂਜਾ ਕਰੋ ਜਿਨ੍ਹਾਂ ਨੂੰ ਯਹੋਵਾ ਤੁਹਾਡੇ ਪਰਮੇਸ਼ਰ ਨੇ ਆਕਾਸ਼ ਦੇ ਹੇਠਾਂ ਦੇ ਸਾਰੇ ਲੋਕਾਂ ਲਈ ਰੱਖਿਆ ਹੈ। ਕਿਆ ਸੋ ਪਰਮੇਸ਼ਵਰ ਨੇ ਕੀ ਆਖਿਆ, ਮੈਂ ਜਦੋਂ ਤੁਹਾਨੂੰ ਹੁਕਮ ਦੇਤਾ, ਤੁਸੀਂ ਮੇਰੇ ਹੁਕਮਾਂ 'ਤੇ ਚੱਲਣਾ ਸ਼ੁਰੂ ਕਰ ਦਿੱਤਾ ਅਤੇ ਕਹਿੰਦਾ ਤੁਸੀਂ ਕਿਤੇ ਵਿਗੜ ਕੇ, ਕਈ ਲੋਕ ਸਾਨੂੰ ਵਿਗਾੜ ਦਿੰਦੇ ਆ ਨਾ, ਜਿਵੇਂ ਰਿਸ਼ਤੇਦਾਰੀ 'ਚ ਗਏ, ਭੈਣਾਂ ਭਾਈਆਂ ਕੋਲ, ਆਂਢ ਗੁਆਂਢ ਦੇ ਵਿੱਚ ਗਏ, ਹੈਂ ਚਲੋ ਐਂ ਕੀ ਹੁੰਦਾ, ਮੈਂ ਜਾਣਦੇ ਚੱਲਦੀ ਹਾਂ ਅਤੇ ਤੂੰ ਮੇਰੇ ਨਾਲ ਚੱਲ, ਮੈਂ ਪੁੱਛ ਲੈ ਕੇ ਆਉਂਦੀ ਹਾਂ, ਤੂੰ ਮੇਰੇ ਨਾਲ ਚੱਲ, ਹੈਂ ਮੈਂ ਤੇਲ ਧੁਆ ਕੇ ਆਉਂਦੀ, ਤੂੰ ਮੇਰੇ ਨਾਲ ਚੱਲ। ਇਸ ਤਰੀਕੇ 'ਤੇ ਵੀ ਰਿਸ਼ਤੇ ਅਸੀਂ ਵਿਗੜ ਕੇ ਅਤੇ ਉਹਨਾਂ ਦੇ ਮਗਰ ਅਸੀਂ ਲੱਗ ਜਾਂਦੇ ਹਾਂ। ਤੁਸੀਂ ਯਕੀਨ ਕਰੋ ਕਿ ਪਰਮੇਸ਼ਵਰ ਨੇ ਚੰਦ, ਸੂਰਜ, ਤਾਰੇ ਇਹ ਸਾਰਾ ਕੁਝ ਲਿਖਿਆ ਤੋਂ ਸਾਡੇ ਲਈ ਬਣਾਏ ਨੇ। ਔਰ ਜਿਵੇਂ ਸਾਡੇ ਪਿਓ ਨੇ ਇੱਕ ਨੌਕਰ ਲਾਇਆ ਹੋਵੇ ਔਰ ਉਹ ਵਧੀਆ ਰੋਟੀ ਬਣਾਉਂਦਾ ਹੋਵੇ, ਵਧੀਆ ਸਾਰੇ ਘਰ ਦਾ ਕੰਮ ਕਰਦਾ ਹੋਵੇ, ਤਾਂ ਅਸੀਂ ਉੱਠ ਕੇ ਉਹਨੂੰ ਪੈਰੀ ਹੱਥ ਲਈਏ, ਹੈ ਨਾ। ਅਤੇ ਸਾਡੇ ਸਾਡਾ ਪਿਓ ਆਖ ਕੀ ਆਖੂਗਾ, ਉਹ ਨਿਕੰਮੇ ਤੁਹਾਡਾ ਨੌਕਰ ਹੈ, ਤੁਹਾਡੀ ਸੇਵਾ ਵਾਸਤੇ ਲਾਇਆ ਹੋਇਆ। ਅਤੇ ਅਸੀਂ ਆਖਿਆ ਨਹੀਂ ਨਹੀਂ ਜੀ, ਇਹ ਤਾਂ ਬਹੁਤ ਵਧੀਆ ਝਾੜੂ ਫੇਰਦਾ, ਬਹੁਤ ਵਧੀਆ ਕੰਮ ਕਰਦਾ, ਬਹੁਤ ਵਧੀਆ ਰੋਟੀ ਪਕਾਉਂਦਾ ਹੈ, ਇਸ ਤਰ੍ਹਾਂ ਥੋੜ੍ਹਾ ਹੁੰਦਾ। ਇਹ ਸੂਰਜ ਸਾਡੇ ਇੱਕ ਨੌਕਰ ਦੀ ਤਰ੍ਹਾਂ ਜਿਹੜਾ ਪਰਮੇਸ਼ਵਰ ਨੇ ਸਾਡੀ ਸੇਵਾ ਲਈ ਲਾਇਆ। ਜੇ ਸੂਰਜ ਨਾ ਹੋਵੇ ਤਾਂ ਫਸਲਾਂ ਨਾ ਹੋਣ, ਹੈਂ ਸਾਨੂੰ ਬਿਮਾਰੀਆਂ ਘੇਰ ਲੈਣ। ਇਸ ਕਰਕੇ ਪਰਮੇਸ਼ਵਰ ਨੇ ਇਹ ਸਾਰੀਆਂ ਚੀਜ਼ਾਂ ਸਾਡੇ ਲਈ ਲਾਈਆਂ ਨੇ। ਕਈ ਵਾਰੀ ਸਾਨੂੰ ਨਾ ਲੋਕ ਵਿਗਾੜ ਦਿੰਦੇ ਨੇ ਵਿਗੜ ਕੇ, ਅਤੇ ਅਸੀਂ ਗਲਤ ਰਾਹ ਪੈ ਜਾਂਦੇ ਹਾਂ। ਸੋ ਇੱਕ ਵਾਰ ਅਸੀਂ ਹੋਰ ਹਵਾਲਾ ਪੜ੍ਹਾਂਗੇ ਵਿਵਸਥਾ ਸਾਰ 13 ਬਾਪ ਔਰ ਉਹਦੀ 6 ਦੇ ਵਿੱਚ ਲਿਖਿਆ ਹੈ, ਸੋ ਅਸੀਂ ਪੜ੍ਹਦੇ ਨੇ, ਮੈਂ ਤੁਹਾਨੂੰ ਮੂਝਵਾਨੇ ਦੱਸ ਦਿੰਦਾ ਹਾਂ। ਉਹ ਤੋਂ ਬਾਅਦ 'ਚ ਅਸੀਂ ਪਤਰਸ, ਪਹਿਲਾ ਪਤਰਸ 4 ਬਾਪ ਉਹਦੀ 2 ਤੋਂ ਲੈ ਕੇ 5 ਤੱਕ ਪੜ੍ਹਾਂਗੇ। ਸੋ ਇਹਦੇ ਵਿੱਚ ਲਿਖਿਆ, ਭਾਵੇਂ ਤੁਹਾਡਾ ਸਕਾ ਭਰਾ, ਠੀਕ ਹੈ, ਭਾਵੇਂ ਤੁਹਾਡਾ ਪੁੱਤਰ, ਭਾਵੇਂ ਤੁਹਾਡੀ ਧੀ, ਭਾਵੇਂ ਤੁਹਾਡਾ ਗੋਲਾ, ਭਾਵੇਂ ਤੁਹਾਡੀ ਗੋਲੀ, ਹੈ ਨਾ। ਅਸੀਂ ਗੋਲਾ ਗੋਲੀ ਜ਼ਿਕਰ ਨਹੀਂ ਦਿੱਤਾ, ਇੱਕ ਭਾਵੇਂ ਤੁਹਾਡਾ ਪੁੱਤਰ, ਭਾਵੇਂ ਤੁਹਾਡੀ ਧੀ, ਭਾਵੇਂ ਤੁਹਾਡਾ ਭਰਾ, ਭਾਵੇਂ ਤੁਹਾਡਾ ਤੁਹਾਡੀ ਪ੍ਰੀਤਮਾ, ਘਰ ਵਾਲੀ ਜਾਂ ਘਰ ਵਾਲਾ, ਹੈਂ, ਜਾਂ ਤੁਹਾਡਾ ਜਾਨੀ ਦੋਸਤ ਜਿਹੜਾ ਸਾਡੇ ਲਈ ਜਾਨ ਵੀ ਦੇ ਸਕਦਾ ਹੋਵੇ, ਅਤੇ ਤੁਹਾਨੂੰ ਗੁੱਝੇ ਗੁੱਝੇ ਆ ਕੇ ਫਸਲਾਵੇ ਕਿ ਅਸੀਂ ਹੋਰ ਨਾ ਦੇਵਤਾ ਪਿੱਛੇ ਚੱਲੀਏ। ਨਾ ਗੁੱਝੇ ਗੁੱਝੇ ਤੋਂ ਭਾਵ ਕੀ ਹੁੰਦਾ, ਇੱਕ ਵਾਰੀ ਨਹੀਂ ਮੰਨਿਆ, ਦੂਜੀ ਵਾਰ ਫੇਰ ਕਿਹਾ, ਦੂਜੀ ਵਾਰ ਨਹੀਂ ਮੰਨਿਆ, ਤੀਜੀ ਵਾਰ ਫੇਰ ਕਿਹਾ, ਕਿਉਂਕਿ ਮਤੀ ਦੇ ਵਿੱਚ ਲਿਖਿਆ 12 ਬਾਪ ਉਹਦੀ
43 ਆਇਤ ਦੇ ਵਿੱਚ ਕਿ ਸ਼ੈਤਾਨ ਲਿਖਿਆ ਬਾਰ ਬਾਰ ਗੇੜਾ ਮਾਰਦਾ ਹੈ। ਸ਼ੈਤਾਨ ਦੇ ਕੋਈ ਸਿੰਘ ਤਾਂ ਲੱਗੇ ਨਹੀਂ ਹੁੰਦੇ, ਸਾਡੇ ਰਿਸ਼ਤੇਦਾਰਾਂ ਵੀ ਕੀ, ਭੈਣਾਂ ਭਾਈਆਂ ਵੀ ਕੀ, ਆਂਢੇ ਗੁਆਂਢੇ ਵੀ, ਬਾਰ ਬਾਰ ਰਹਿੰਦਾ ਕਿ ਕੋਈ ਗੱਲ ਨਹੀਂ, ਸਾਡੀ ਕਮਜ਼ੋਰੀ ਹੁੰਦੀ ਕੋਈ ਨਾ ਕੋਈ। ਜਿਵੇਂ ਪ੍ਰਭੂ ਯਿਸੂ ਮਸੀਹ ਨੂੰ ਭੁੱਖ ਲੱਗੀ ਸੀ, 40 ਦਿਨਾਂ ਵਰਤ ਰੱਖਿਆ ਸੀ, ਅਤੇ ਉਹਦੇ ਕੋਲ ਬਾਰ ਬਾਰ ਸ਼ੈਤਾਨ ਨੂੰ ਤਰੀਕੇ 'ਤੇ ਲੈ ਕੇ ਜਾਂਦਾ, ਕਦੇ ਕਿਤੇ ਲੈ ਕੇ ਜਾਂਦਾ, ਹੈ ਨਾ। ਸੋ ਇਸ ਕਰਕੇ ਕਮਜ਼ੋਰੀ ਦੇ ਅਨੁਸਾਰ ਉਹਦੀ ਮਗਰ ਪੈ ਜਾਂਦਾ ਹੈ, ਸਾਡੇ ਵੀ ਮਗਰ ਪੈ ਜਾਂਦਾ ਹੈ, ਅਤੇ ਸਾਨੂੰ ਇਸ ਕਰਕੇ ਉਹਨਾਂ ਦੇ ਮਗਰ, ਭਾਵੇਂ ਸਾਡਾ ਰਿਸ਼ਤੇਦਾਰ ਵੀ ਕਿਉਂ ਨਾ ਹੋਵੇ, ਭਾਵੇਂ ਸਾਡਾ ਪੁੱਤਰ ਧੀ ਵੀ ਕਿਉਂ ਨਾ ਹੋਵੇ, ਭਾਵੇਂ ਸਾਡਾ ਮਾਂ ਪਿਓ ਵੀ ਕਿਉਂ ਨਾ ਹੋਵੇ। ਪ੍ਰਭੂ ਯਿਸੂ ਮਸੀਹ ਨੇ ਵੀ ਆਖਿਆ ਨਾ ਮੱਥੀ ਦੇ ਇੰਜੀਲ ਦੇ ਵਿੱਚ 10 ਬਾਬ ਉਹਦੀ 37 ਦੇ ਵਿੱਚ, ਹੈ ਭਾਵੇਂ ਮੇਰੇ ਨਾਲ ਵੱਧ ਕੇ ਜਿਹੜਾ ਆਪਣੇ ਪੁੱਤਰ ਨੂੰ ਜਾਂ ਆਪਣੀ ਧੀ ਨੂੰ ਜਾਂ ਆਪਣੇ ਜ਼ਮੀਨ ਨੂੰ ਜਾਇਦਾਦ ਨੂੰ ਮਾਂ ਨੂੰ ਪਿਓ ਨੂੰ ਪਿਆਰ ਕਰਦਾ ਮੇਰੇ ਯੋਗ ਨਹੀਂ, ਇਹਦਾ ਮਤਲਬ ਇਹ ਨਹੀਂ ਪਿਆਰ ਨਹੀਂ ਕਰਨਾ। ਪਰ ਜਦੋਂ ਸਾਡਾ ਪ੍ਰਭੂ ਦਾ ਟਾਈਮ ਹੈ, ਸੰਗਤ ਦਾ ਟਾਈਮ ਹੈ, ਉਦੋਂ ਅਸੀਂ ਕੀ ਹੈ ਪ੍ਰਭੂ ਨੂੰ ਪਿਆਰ ਕਰਨਾ, ਜਿਹੜਾ ਸੰਗਤ ਰੋਕਦਾ ਸਭ ਤੋਂ ਸਾਡਾ ਦੇ ਰਹੀ ਹੈ। ਸੋ ਅੱਗੇ ਪੜਾਂਗੇ ਨਾ ਪਤਰਸ ਦੇ ਵਿੱਚ, ਭਾਈ ਤੁਸੀਂ ਅਗਾਹਾਂ ਨੂੰ ਮਨੁੱਖਾਂ ਦੀਆਂ ਕਾਮਨਾ ਦੇ ਅਨੁਸਾਰ ਨਹੀਂ ਸਗੋਂ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਸਰੀਰ ਵਿੱਚ ਆਪਣੀ ਬਾਕੀ ਦੀ ਉਮਰ ਕੱਟੋ। ਕਿਆ ਕਹਿੰਦਾ, ਜਦੋਂ ਹੁਣ ਅਸੀਂ ਪ੍ਰਭੂ 'ਚ ਆ ਗਏ ਨਾ, ਕਹਿੰਦਾ ਫਿਰ ਅਸੀਂ ਜਿਹੜੇ ਮਨੁੱਖ ਹੈ ਉਹਨਾਂ ਦੇ ਕਾਮਨਾ ਅਨੁਸਾਰ ਉਹ ਨਹੀਂ ਕੱਟਣੀ ਹੁੰਦੀ, ਫਿਰ ਜਿਹੜੀ ਬਾਕੀ ਦੀ ਉਮਰ ਰਹਿ ਗਈ। ਫਿਰ ਬਹੁਤ ਸਾਰੇ ਸਾਨੂੰ ਲੋਕ ਕਹਿੰਦੇ ਨੇ, ਲੈ 100 ਚੂਹਾ ਖਾ ਕੇ ਮੇਰੀ ਹਜਮ ਨਹੀਂ ਚੱਲੀ। ਉਹਨਾਂ ਨੂੰ ਜਵਾਬ ਦਿਓ, ਚੱਲੀ ਤਾਂ ਹੈਗੀ ਹੈ, ਜਿਹੜੀ ਚੱਲੀ ਹੈ ਪਹੁੰਚੂ, ਜਿਹੜੀ ਚੱਲੀ ਨਹੀਂ ਚੂਹੇ ਖਾਈ ਜਾਂਦੀ ਉਹਦਾ ਕੀ ਬਣੂ। ਜਿਸ ਕਰਕੇ ਪਾਪ ਨੂੰ ਛੱਡਣਾ ਹੈ, ਨਾ ਕਿ ਉਹਨਾਂ ਦੇ ਚੱਕ ਵਿੱਚ ਆ ਕੇ ਅਸੀਂ ਗਲਤ ਕੰਮ ਕਰਨੇ ਹਾਂ। ਕਹਿੰਦਾ ਕਹਿੰਦਾ ਤੁਸੀਂ, ਹਾਂ ਅੱਗੇ, ਕਿਉਂ ਜੋ ਬੀਤਿਆ ਹੋਇਆ ਸਮਾਂ ਪ੍ਰਾਈਆਂ ਕੌਮਾਂ ਦੀ ਮਨਸ਼ਾ ਪੂਰੀ ਕਰਨ ਨੂੰ ਬਥੇਰਾ ਸੀ। ਕਹਿੰਦਾ ਜਿਹੜਾ ਸਮਾਂ ਬੀਤ ਗਿਆ ਨਾ, ਲੋਕਾਂ ਦੀ ਮਨਸ਼ਾ ਬਥੇਰੀ ਪੂਰੀ ਕੀਤੀ, ਲੋਕਾਂ ਦੇ ਮਗਰ ਲਾ ਕੇ ਬਥੇਰੀ ਸ਼ਰਾਬ ਪੀਤੀ, ਲੋਕਾਂ ਦੇ ਮਗਰ ਲਾ ਕੇ ਬਥੇਰਾ ਅਸੀਂ ਜੂਆ ਖੇਡਿਆ, ਸੱਟੇ ਲਾਏ, ਹੈਂ ਬਥੇਰੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਸਾਰਾ ਕੁਝ ਕੀਤਾ, ਹੈ ਨਾ। ਪਰ ਗੱਲ ਇਹ ਹੈ ਕਿ ਹੁਣ ਅਸੀਂ ਪ੍ਰਭੂ ਵਿੱਚ ਆ ਗਏ, ਹੈ ਨਾ। ਸੋ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਕਹਿੰਦਾ ਬੀਤਿਆ ਹੋਇਆ ਸਮਾਂ ਪ੍ਰਾਈਆਂ ਕੌਮਾਂ ਦੀ ਮਨਸ਼ਾ ਪੂਰੀ ਕਰਨ ਨੂੰ ਬਥੇਰਾ ਸੀ। ਅੱਗੇ ਜਦੋਂ ਅਸੀਂ ਲੁਚਪੁਣਿਆ, ਕਾਮਨਾ, ਸ਼ਰਾਬ ਪੀ, ਨਾਚ ਰੰਗਾ, ਨਸ਼ੇਬਾਜ਼ੀਆਂ ਅਤੇ ਕਿਨੌਣੀਆਂ ਮੂਰਤੀ ਪੂਜਾ ਵਿੱਚ ਚੱਲਦੇ ਸਾਂ। ਕਿਆ ਵਾ, ਜਦੋਂ ਅਸੀਂ ਨਾਚ ਰੰਗਾ, ਨਸ਼ੇਬਾਜ਼ੀਆਂ, ਹੈ ਕਿਨੌਣੀਆਂ ਮੂਰਤੀ ਪੂਜਾ ਵਿੱਚ ਚੱਲਦੇ ਸਾਂ, ਹੈ ਨਾ, ਲੋਕਾਂ ਨੂੰ ਬੜੇ ਖੁਸ਼ ਲੱਗਦੇ ਸੀ। ਹੁਣ ਅੱਗੇ ਉਹ ਇਸ ਨੂੰ ਅਚਰਜ ਮੰਨਦੇ ਹਨ, ਭਾਈ ਤੁਸੀਂ ਉਸੇ ਅਤਬਦ ਚਲਣੀ ਵਿੱਚ ਉਹਨਾਂ ਦੇ ਨਾਲ ਨਹੀਂ ਖੇਡਦੇ, ਤਾਂ ਹੀ ਉਹ ਤੁਹਾਡੀ ਨਿੰਦਿਆ ਕਰਦੇ ਹਨ। ਜਦੋਂ ਤੁਸੀਂ ਜਿਹੜੇ ਕੰਮ ਛੱਡਦੇ, ਸ਼ਰਾਬ ਛੱਡਤੀ, ਗਲਤ ਕੰਮ ਛੱਡਦੇ, ਜੋ ਤੁਸੀਂ ਨਾ ਕਰੋਗੇ ਲੋਕ ਤੁਹਾਡੀ ਨਿੰਦਿਆ ਕਰਨਗੇ। ਅੱਖ ਨੂੰ ਵੱਡਾ ਧਰਮੀ ਬਣਿਆ ਕਰਦਾ, ਵੱਡਾ ਸੰਤ ਬਣਿਆ ਕਰਦਾ, ਹੈਂ ਵੱਡਾ ਰੱਬ ਰੱਬ ਵਾਲਾ ਬਣਿਆ ਕਰਦਾ। ਕਦੇ ਚਿੰਤਾ ਨਾ ਕਰੋ ਤੁਸੀਂ, ਇਹ ਤਾਂ ਹੀ ਤੁਹਾਡੀ ਨਿੰਦਿਆ ਕਰਨਗੇ। ਬਾਈਬਲ 'ਚ ਲਿਖਿਆ ਹੈ, ਕਹਿੰਦਾ ਤੁਸੀਂ ਉਹਨਾਂ ਵਰਗੇ ਕੰਮ ਨਹੀਂ ਜਦੋਂ ਕਰੋਗੇ ਨਾ, ਤਾਂ ਹੀ ਤੁਹਾਡੀ ਕੋਈ ਨਿੰਦਿਆ ਕਰਨਗੇ। ਠੀਕ ਹੈ, ਅਸੀਂ ਇੱਕ ਹੋਰ ਹਵਾਲਾ ਪੜ੍ਹਾਂਗੇ, ਅਫਸੀਆਂ ਦਾ ਖਤ ਔਰ 4 ਬਾਪ ਉਹਦੀ 17 ਐਤ ਅਸੀਂ ਪੜ੍ਹਾਂਗੇ। ਸੋ ਇਹਦੇ ਵਿੱਚ ਬਹੁਤ ਹੀ ਵਧੀਆ ਲਿਖਿਆ ਵੀ ਤੁਸੀਂ ਸੰਸਾਰ ਵਰਗੇ ਕੰਮ ਨਹੀਂ ਕਰਨੇ। ਹਾਂਜੀ, ਉਪਰੰਤ ਮੈਂ ਇਹ ਆਖਦਾ ਹਾਂ ਭਾਈ ਪ੍ਰਭੂ ਯੇਸ਼ੂ ਵਿੱਚ ਗਵਾਹ ਹੋ ਕੇ ਤਾਕੀਦ ਕਰਦਾ ਹਾਂ, ਜੋ ਤੁਸੀਂ ਅਗਾਹਾਂ ਨੂੰ ਅਜਿਹੀ ਚਾਲ ਨਾ ਚੱਲੋ ਜਿਵੇਂ ਪ੍ਰਾਈਆਂ ਕੌਮਾਂ ਵੀ ਆਪਣੀ ਬੁੱਧ ਦੇ ਵਿਥਾਪੁਣੇ ਨਾਲ ਚੱਲਦੀਆਂ ਹਨ। ਦੇਖਿਆ, ਸੋ ਕਹਿੰਦਾ ਮੈਂ ਪ੍ਰਭੂ ਵਿੱਚ ਗਵਾਹ ਹੋ ਕੇ ਤੁਹਾਨੂੰ ਤਾਕੀਦ ਦਾ ਹੁਕਮ ਕਰਦਾ ਹਾਂ। ਠੀਕ ਹੈ, ਬੇਨਤੀ ਨਹੀਂ, ਇਹ ਵਿੱਚ ਕੋਈ ਛੁਟਕਾਰਾ ਨਹੀਂ। ਠੀਕ ਹੈ, ਇਹ 'ਚ ਕੋਈ ਮਾਫੀ ਨਹੀਂ ਹੈਗੀ। ਜੇ ਪ੍ਰਭੂ ਦੇ ਵਚਨ ਦੀ ਗੱਲ ਆਉਂਦੀ ਹੈ ਨਾ, ਫਿਰ ਕੋਈ ਮਾਫੀ ਨਹੀਂ ਹੈਗੀ, ਇਹ ਤੁਹਾਨੂੰ ਚੱਲਣਾ ਹੀ ਪਵੇਗਾ। ਜੇ ਅਸੀਂ ਪ੍ਰਭੂ ਨੂੰ ਆਪਣਾ ਜੀਵਨ ਦਿੱਤਾ ਨਾ, ਤੌਬਾ ਕੀਤੀ ਹੈ, ਬੌਸਮਾ ਲੈਤਾ ਹੈ, ਤਾਂ ਫਿਰ ਸਾਨੂੰ ਪ੍ਰਭੂ ਦੇ ਵਚਨ 'ਚ ਚੱਲਣਾ ਹੀ ਪਵੇਗਾ, ਇਹਦੇ ਲਈ ਕੋਈ ਛੁਟਕਾਰਾ ਨਹੀਂ ਹੈਗਾ। ਹੈ, ਕਿਉਂਕਿ ਬਚਨ 'ਚ ਪ੍ਰਭੂ ਨੇ ਆਖਿਆ ਕਿ ਉਹਨਾਂ ਦੇ ਜੀਵਨ ਦੇ ਵਿੱਚ ਪੜ੍ਹਦੇ ਨਹੀਂ ਆਪਾਂ,
ਉਹਦਾ 14 ਬਾਪ ਉਹਦੀ 21 'ਚ ਕਹਿੰਦਾ ਜਿਹੜਾ ਮੇਰੇ ਬਚਨਾਂ 'ਤੇ ਖਲੋਤਾ ਹੈ ਉਹੀ ਮੇਰਾ ਚੇਲਾ ਹੈ। ਠੀਕ ਹੈ, ਜਿਹੜਾ ਬਚਨ 'ਤੇ ਖਲੋਂਦਾ ਉਹੀ ਪ੍ਰਭੂ ਦਾ ਕੀ ਹੈ, ਚੇਲਾ ਹੈ। ਸੋ ਅੱਗੇ ਪੜ੍ਹਾਂਗੇ। ਉਹਨਾਂ ਦੀ ਬੁੱਧ ਅਨੇਰੀ ਹੋਈ ਹੋਈ ਹੈ ਅਤੇ ਉਸ ਅਗਿਆਨ ਦੇ ਕਾਰਨ ਜੋ ਉਹਨਾਂ ਵਿੱਚ ਹੈ ਅਤੇ ਆਪਣੇ ਮਨ ਦੀ ਕਠੋਰਤਾ ਦੇ ਕਾਰਨ ਉਹ ਪਰਮੇਸ਼ਰ ਦੇ ਜੀਵਨ ਤੋਂ ਅੱਡ ਹੋਏ ਹੋਏ ਹਨ। ਉਹਨਾਂ ਨੇ ਸੁੰਨ ਹੋ ਕੇ ਆਪਣੇ ਆਪ ਨੂੰ ਲੁਚਕੁਨੇ ਦੇ ਹੱਥ ਸੌਂਪ ਦਿੱਤਾ, ਭਾਈ ਹਰ ਭਾਂਤ ਦੇ ਗੰਦੇ ਮੰਦੇ ਕੰਮ ਚੋਗ ਨਾਲ ਕਰਨ। ਕਿਆ ਬਾਤ! ਸੋ ਇਹ ਸੰਸਾਰ ਦੇ ਲੋਕਾਂ ਦਾ ਹਾਲ ਹੈ। ਨਾਮ ਵੀ ਲੈਖਾ ਹੈ, ਆਪਦੇ ਹਿਸਾਬ ਨਾਲ ਰੱਬ ਰੱਬ ਵੀ ਕਰਦੇ ਆ, ਪਰ ਜੰਡ ਉੱਤੇ ਬੈਠੇ ਹੁੰਦੇ ਨੇ, ਹੈਂ ਉਹੀ ਥੋੜ੍ਹੇ ਚਿਰ ਬਾਅਦ ਸ਼ਰਾਬ ਪੀ ਜਾਂਦੇ ਹੁੰਦੇ ਨੇ, ਹੈਂ ਉਹੀ ਥੋੜ੍ਹੇ ਚਿਰ ਬਾਅਦ ਜੂਆ ਸ਼ਰਾਬ ਲੜਾਈ ਝਗੜੇ ਉਹਨਾਂ ਜ਼ਿੰਦਗੀ 'ਚ ਹੁੰਦੇ ਨੇ, ਹੈਂ ਉਹ ਦੇਖਣ 'ਚ ਬੜੇ ਧਰਮੀ ਲੱਗਦੇ ਨੇ, ਗੱਲਾਂ ਕਰਨ 'ਚ ਬੜੇ ਧਰਮੀ ਲੱਗਦੇ ਨੇ, ਪਰ ਜਦੋਂ ਵਚਨ ਦੀ ਕਸੌਟੀ ਦੇ ਉੱਤੇ ਰੱਖਦੇ ਹਾਂ ਨਾ, ਇਹ ਤਕੜੇ ਵਿੱਚ ਪਾਉਂਦੇ ਹੈ, ਤਾਂ ਫਿਰ ਪੂਰੇ ਨਹੀਂ ਉੱਤਰਦੇ। ਹਾਂਜੀ ਅੱਗੇ। ਪਰ ਤੁਸੀਂ ਮਸੀਹ ਦੀ ਅਜਿਹੀ ਸਿੱਖਿਆ ਨਾ ਪਾਈ, ਜੇ ਤੁਸੀਂ ਕਿਤੇ ਉਹਦੀ ਸੁਣੀ ਅਤੇ ਜਿਵੇਂ ਸੱਚਾਈ ਯੇਸ਼ੂ ਵਿੱਚ ਹੈ ਤਿਵੇਂ ਉਸ ਵਿੱਚ ਤੁਸੀਂ ਆਪਣੇ ਸਿਖਾਏ ਹੋ, ਭਾਈ ਤੁਸੀਂ ਅਗਲੇ ਚਲਨ ਦੀ ਉਸ ਪੁਰਾਣੀ ਇਨਸਾਨੀਅਤ ਨੂੰ ਨਾ ਸੁੱਟੋ ਜੋ ਧੋਖਾ ਦੇਣ ਵਾਲੀਆਂ ਕਾਮਨਾ ਦੇ ਅਨੁਸਾਰ ਵਿਗੜਦੀ ਜਾਂਦੀ ਹੈ, ਅਤੇ ਆਪਣੇ ਮਨ ਦੇ ਸੁਭਾਅ ਵਿੱਚ ਨਵੇਂ ਬਣੋ। ਸਾਰੇ ਬੋਲੋ ਹਾਲੇਲੂਯਾ। ਸੋ ਕੀ ਹੋਇਆ, ਅਸੀਂ ਪੁਰਾਣੀ ਇਨਸਾਨੀਅਤ ਨੂੰ ਲਾਉਣਾ ਹੈ ਅਤੇ ਨਵੀਂ ਨੂੰ ਪਹਿਨ ਲੈਣਾ ਹੈ। ਕਲੋਸੀਆ 3:5 ਵਿੱਚ ਵੀ ਲਿਖਿਆ ਹੋਇਆ ਇਹਦੇ ਬਾਰੇ। ਠੀਕ ਹੈ, ਸੋ ਇਸ ਕਰਕੇ ਨਵੇਂ ਸੁਭਾਅ ਵਿੱਚ ਬਣਨਾ, ਤੁਹਾਨੂੰ ਅਜਿਹੀ ਸਿੱਖਿਆ ਕੋਈ ਚਰਚ ਨਹੀਂ ਦਿੰਦਾ, ਕੋਈ ਪਾਸਟਰ ਨਹੀਂ ਦਿੰਦਾ ਵੀ ਤੁਸੀਂ ਜਗ੍ਹਾ ਜਗ੍ਹਾ ਮੱਥੇ ਟੇਕੋ, ਰੋਟ ਪਕਾਓ, ਥੰਮ ਚੜਾਓ, ਹੈਂ ਜਾਂ ਤੁਸੀਂ ਇਹ ਵਹਿਮਾਂ ਭਰਮਾਂ ਦੇ ਚੱਕਰਾਂ 'ਚ ਪਾਓ, ਹੈਂ ਹੋਲੀਆਂ ਦੀਵਾਲੀਆਂ ਦੇ ਚੱਕਰਾਂ 'ਚ ਪਾਓ। ਠੀਕ ਹੈ, ਪਰਮੇਸ਼ੁਰ ਨੇ ਸਾਰਾ ਕੁਛ ਸਾਡਾ ਠੀਕ ਕਰ ਦਿੱਤਾ, ਅਸੀਂ ਇੱਕੋ ਹੀ ਪਰਮੇਸ਼ੁਰ ਨੂੰ ਮੰਨਣਾ ਹੈ। ਜਿਵੇਂ ਸ਼ੁਰੂ 'ਚ ਲਿਖਿਆ ਸੀ, ਇੱਕੋ ਹਵਾਲਾ ਪੜ੍ਹ ਕੇ ਅਸੀਂ ਸਮਾਪਤੀ ਕਰਾਂਗੇ ਗਲਾਤੀਆਂ ਦਾ ਖਾਤਰ, ਔਰ ਉਹਦਾ ਅਸੀਂ 4 ਵਾਕੋ ਦੀ 8 ਐਤੋਂ ਅਸੀਂ ਪੜ੍ਹਾਂਗੇ। ਸੋ ਇਹਦੇ 'ਚ ਬਹੁਤ ਹੀ ਸੋਹਣਾ ਪਰਮੇਸ਼ੁਰ ਦਾ ਦਾਸ ਸੰਤ ਪੌਲੁਸ ਕਲੀਸੀਆ ਨੂੰ ਦੱਸ ਰਿਹਾ ਕਿ ਮੈਨੂੰ ਬਹੁਤ ਦੁੱਖ ਹੈ ਜੋ ਤੁਸੀਂ ਪ੍ਰਭੂ ਦੇ ਵਿੱਚ ਸਹੀ ਤਰੀਕੇ ਨਾਲ ਨਹੀਂ ਚੱਲਦੇ। ਹਾਂਜੀ। ਸੋ ਤੁਸੀਂ ਅਗਾਹਾਂ ਨੂੰ ਗੁਲਾਮ ਨਹੀਂ ਸਗੋਂ ਪੁੱਤਰ ਹੋ, ਅਤੇ ਜੇ ਪੁੱਤਰ ਹੈ ਤਾਂ ਪਰਮੇਸ਼ੁਰ ਦੇ ਰਾਹੀਂ ਅਧਿਕਾਰੀ ਵੀ ਹੈ। ਪਰ ਹੁਣ ਜੋ ਤੁਸੀਂ ਪਰਮੇਸ਼ੁਰ ਨੂੰ ਜਾਣ ਗਏ ਹੋ, ਸਗੋਂ ਪਰਮੇਸ਼ੁਰ ਨੇ ਤੁਹਾਨੂੰ ਜਾਣ ਲਿਆ, ਤਾਂ ਕੁੱਕਰ ਤੁਸੀਂ ਫਿਰ ਉਹਨਾਂ ਨਿਰਬਲ ਅਤੇ ਨਿਕੰਮੀਆਂ ਮੂਲ ਗੱਲਾਂ ਦੀ ਵੱਲ ਮੁੜ ਜਾਂਦੇ ਹੋ ਜਿਨ੍ਹਾਂ ਦੇ ਬੰਧਨ ਵਿੱਚ ਤੁਸੀਂ ਨਵੇਂ ਸਿਰਿਓਂ ਆਇਆ ਚਾਹੁੰਦੇ ਹੋ। ਤੁਸੀਂ ਦਿਨਾਂ ਅਤੇ ਮਹੀਨਿਆਂ ਅਤੇ ਸਮਿਆਂ ਅਤੇ ਵਰਿਆਂ ਨੂੰ ਮੰਨਦੇ ਹੋ। ਤੁਹਾਡੇ ਲਈ ਮੈਂ ਡਰਦਾ ਹਾਂ, ਭਾਈ ਕਿਤੇ ਇੰਨਾ ਨਾ ਹੋ ਐਂ ਨਾ ਹੋਵੇ ਜੋ ਮੈਂ ਤੁਹਾਡੇ ਲਈ ਐਵੇਂ ਮਿਹਨਤ ਕੀਤੀ ਹੋਵੇ। ਸੋ ਬਹੁਤ ਹੀ ਅੱਛਾ ਵਚਨ ਹੈ। ਠੀਕ ਹੈ, ਕਹਿੰਦਾ ਮੈਨੂੰ ਡਰ ਲੱਗਦਾ 5 ਸਾਲ 10 ਸਾਲ ਹੋ ਗਏ, ਹੈ ਨਾ 15 ਸਾਲ ਹੋ ਗਏ, ਕਿ ਫਿਰ ਤੁਸੀਂ ਡਰ ਜਾਂਦੇ ਕੋਲ ਬੈਠੇ, ਫਿਰ ਧਾਗੇ ਤੁਸੀਂ ਤੁਹਾਡੇ ਕੋਲ ਬੈਠੇ, ਹੈ ਨਾ ਮੈਨੂੰ ਡਰ ਲੱਗਦਾ। ਕਹਿੰਦਾ ਕਹਿੰਦਾ ਜਦੋਂ ਤੁਸੀਂ ਪਰਮੇਸ਼ੁਰ ਨੂੰ ਜਾਣ ਲਿਆ ਅਤੇ ਪਰਮੇਸ਼ੁਰ ਨੇ ਤੁਹਾਨੂੰ ਜਾਣ ਲਿਆ, ਫਿਰ ਤੁਸੀਂ ਕਿਵੇਂ ਨਿਕੰਮੀਆਂ ਅਤੇ ਜਿਹੜੀਆਂ ਬੇਕਾਰ ਗੱਲਾਂ ਨੇ, ਨਿਰਬਲ ਗੱਲਾਂ ਨੇ, ਉਹਨਾਂ ਵੱਲ ਮੁੜ ਜਾਂਦੇ ਹੋ, ਹੈ ਉਹ ਫਿਰ ਤੁਸੀਂ ਨਵੇਂ ਸਿਰਿਓਂ ਉਹਨਾਂ ਪਾਉਣਾ ਚਾਹੁੰਦੇ ਉਹਨਾਂ ਵਿੱਚ, ਹੈ ਕਹਿੰਦਾ ਮੈਨੂੰ ਡਰ ਲੱਗਦਾ। ਕਹਿੰਦਾ ਤੁਸੀਂ ਵੇੜਿਆਂ ਨੂੰ ਮੰਨਦੇ ਹੋ, ਸਮਿਆਂ ਨੂੰ ਮੰਨਦੇ ਹੋ, ਵਰਿਆਂ ਨੂੰ ਮੰਨਦੇ ਹੋ, ਅੱਜ ਚੰਗਾ ਦਿਨ ਨਹੀਂ ਹੈਗਾ, ਅੱਜ ਮਾੜਾ, ਹੈ ਅੱਜ ਐਂ। ਸੋ ਇਸ ਕਰਕੇ ਕਹਿੰਦਾ ਮੈਨੂੰ ਡਰ ਲੱਗਦਾ, ਮੈਂ ਇੰਨਾ ਸਿਖਾਇਆ, ਇੰਨਾ ਬਰੀਕੀ ਨਾਲ ਸਿਖਾਇਆ ਕਿ ਤੁਸੀਂ ਵਿਗੜਨਾ ਚਾਹੋ, ਮੈਂ ਜ਼ਰੂਰ ਬੜੇ ਸਿੱਖਾਂ, ਹੈ ਸਾਡਾ ਇੱਕੋ ਹੀ ਪਰਮੇਸ਼ੁਰ ਹੈ।
ਸਾਨੂੰ ਉੱਤੇ ਭਰੋਸਾ ਰੱਖਣਾ ਚਾਹੀਦਾ, ਸਾਨੂੰ ਉਹਦਾ ਧੰਨਵਾਦ ਕਰਨਾ ਚਾਹੀਦਾ। ਉਹ ਬਾਣੀ 'ਚ ਲਿਖਿਆ ਪਵਿੱਤਰ ਧਰਮ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਪੈ ਜਾਂਦੀਆਂ, ਪਰ ਪਰਮੇਸ਼ੁਰ ਹੈ ਨਾ ਜਿਹੜਾ ਸਾਡਾ, ਉਹ ਚੰਗਾ ਪਰਮੇਸ਼ੁਰ ਹੈ, ਉਹ ਸਾਨੂੰ ਸਾਰੀਆਂ ਮੁਸੀਬਤਾਂ ਤੋਂ ਕੱਢ ਦਿੱਤਾ। ਸੋ ਮੈਂ, ਮੇਰੀ ਗਵਾਹੀ ਹੈ ਕਿ ਮੈਨੂੰ 1986 ਵਿੱਚ ਮੈਂ ਪ੍ਰਭੂ ਦਾ ਨਾਮ ਦਿੱਤਾ ਸੀਗਾ, ਔਰ ਮੈਂ ਬੜੇ ਦੇਵੀ ਦੇਵਤਿਆਂ ਨੂੰ, ਪੀਰਾਂ ਫਕੀਰਾਂ ਨੂੰ ਮੰਨਦਾ ਸੀਗਾ, ਠੀਕ ਹੈ। ਔਰ ਪ੍ਰਭੂ ਨੇ ਫਿਰ ਦੱਸੂਗਾ, ਮੈਂ ਇੱਕ ਗੀਤ ਬਣਾਇਆ ਸੀ ਆਪਣੀ ਗਵਾਹੀ 'ਤੇ, ਜਦੋਂ ਦੀਆਂ ਅੱਖਾਂ ਅਸੀਂ ਯਸੂ ਨਾਲ ਲਾ ਲਈਆਂ, ਭੁੱਲ ਕੇ ਦੁਸਹਿਰੇ ਨਾਲੇ ਭੁੱਲ ਕੇ ਦੁਆਰੇ, ਅਸੀਂ ਰੱਬ ਨੂੰ ਬਣਾਇਆ ਪਹਿਰੇਦਾਰ, ਜਦੋਂ ਦਾ ਯਸੂ ਨਾਮ ਲੈ ਲਿਆ ਅਸੀਂ ਭੁੱਲ ਗਏ ਹਾਂ ਸਾਰੇ ਹੀ ਤਿਉਹਾਰ। ਸੁਬਹਾ ਸ਼ਾਮ ਧੂਪ ਹਰ ਹਫ਼ਤੇ ਬਣਾਉਣਾ, ਰੋਟ ਬਾਬੇ ਦਾ ਪਕਾਉਣਾ, ਤੇਲ ਜੰਡਾਂ ਉੱਤੇ ਪਾਉਣਾ। ਜਦੋਂ ਬਾਬਾ ਰੁੱਸ ਜਾਵੇ ਕਿਹੜਾ ਬਾਬੇ ਨੂੰ ਮਨਾਵੇ, ਅਸੀਂ ਗਏ ਸੀ ਭਰਾਵ ਥੱਕ ਹਾਰ, ਜਦੋਂ ਦਾ ਯਸੂ ਨਾਮ ਲੈ ਲਿਆ ਅਸੀਂ ਭੁੱਲ ਗਏ ਹਾਂ ਸਾਰੇ ਹੀ ਤਿਉਹਾਰ। ਸਾਰਿਆਂ ਨੂੰ ਜੈ ਮਸੀਹ ਦੀ ਪ੍ਰਾਰਥਨਾ ਕਰਾਂਗੇ। ਮਹਾਨ ਪ੍ਰਭੂ ਯਿਸੂ ਤੁਹਾਡਾ ਧੰਨਵਾਦ, ਜਿੰਨੇ ਵੀ ਤੇਰੇ ਬੱਚੇ ਇਹ ਬੱਚੇ ਨੂੰ ਪੜ੍ਹਨ ਸੁਣਨ ਪ੍ਰਭੂ ਜੀ, ਸਭ ਨੂੰ ਆਸ਼ੀਸ਼ ਮਿਲੇ ਪਿਆਰੇ ਪ੍ਰੇਮੀ ਪਿਤਾ, ਔਰ ਇਸ ਬੱਚੇ ਨੂੰ ਪੜ੍ਹ ਕੇ ਆਪਣਾ ਜੀਵਨ ਤੁਹਾਡੇ ਮੁਤਾਬਕ ਚਲਾ ਸਕਣ। ਯਿਸੂ ਪ੍ਰਾਰਥਨਾ ਪ੍ਰਭੂ ਯਿਸੂ ਤੁਹਾਡੇ ਪਵਿੱਤਰ ਨਾਮ 'ਚ ਮੰਗ ਲੈਣ। ਆਮੀਨ। ਸਾਰਿਆਂ ਨੂੰ ਜੈ ਮਸੀਹ।